ਜਿਹੜੇ ਫੇਸਬੁੱਕ ਤੇ ਔਰ YouTube ਚੈਨਲ ਦੇ ਕਵਰੇ ਕਰਦੇ ਨਾ ਕਬੱਡੀ ਦਾ ਇਸ਼ਕ ਵਾਲੇ ਅਬਦੁਲ ਰਹਿਮਾਨ ਗੁੱਜਰ ਸਾਡੇ ਉਹ ਵੀ ਤਸ਼ਰੀਫ ਲੈ ਕੇ ਆਏ ਨੇ ਉਹਨਾਂ ਦੇ ਨਾਲ ਨਾਲ ਇਸ ਟਾਈਮ ਸਾਡੀ ਟਾਪ ਦਾ ਰਿਜ਼ਲਟ ਹੈ ਪਾਕਿਸਤਾਨ ਦਾ ਬਿਲਕੁਲ ਗਰਾਊਂਡ ਹੋ ਜੇ ਤੇ ਕੱਖ ਵੀ ਹੋਵੇ ਤੇ ਨਜ਼ਰ ਆਏ ਦਾ ਜੇ ਪੰਜਾਬੀ ਲਹਿਰ ਵਾਲਿਓ ਬਹੁਤ ਸ਼ੁਕਰੀਆ ਪਰ ਪੁਆਇੰਟ ਹੈ ਸਮੇਂ ਰਾਸ਼ਦ ਗੁੱਜਰ ਆਪਣੀ ਟੀਮ 478 ਦੇ ਹਿੱਸੇ ਜੋੜਦਾ ਇਧਰੋਂ ਰੇਡ ਪਾਏਗਾ ਉਮਰ ਕੰਬੋ ਜ਼ਰਾ ਨੇੜੇ ਨੇੜੇ ਹੋ ਚਾਰ ਜਾਪੀਆਂ ਦੇ ਕੀਤਾ ਹਮਲਾ ਕਰੀ ਦਿੱਤੇ ਹੈ ਮਿੱਠੂ ਗੁੱਜਰ ਦੇਖਦੇ ਆ ਕਿਹੜੇ ਮੁੰਡੇ ਨਾਲ ਹੋਗੀ ਟੱਕਰ ਕਿਹੜਾ ਬੱਲੇ ਬੱਲੇ ਗਰਾਊਂਡ ਸਾਹਮਣੇ ਹੋਈ ਹੈ ਟੱਕਰ ਪੁਆਇੰਟ ਹੈ ਸਮੇਂ ਉਮਰ ਕੰਬੋ ਦਾ ਪੁਆਇੰਟ 208 ਦੀ ਧਰਤੀ ਦਾ ਇਧਰੋਂ ਫਿਰ ਰੇਡ ਪਾਉਣ ਵਾਸਤੇ ਮੁਹੰਮਦ ਵਸੀਮ ਭੱਟੀ 3478 ਮੋਰੇ ਅਮੈਰ ਕੰਬੋ ਸੇਲਾ ਜਾਡੋ ਲਗਾਈ ਆਸ ਇਸ ਨੇ ਖਾਲਾ ਬਲੋਚ ਇੱਕ ਬੰਨੇ ਵਸੀਮ ਭੱਟੀ ਇੱਕ ਬੰਨੇ ਖਾਲਾ ਬਲੋਚ ਦੇਖਦੇ ਆ ਇਹ ਪੁਆਇੰਟ ਕਿਹਦੇ ਹਿੱਸੇ ਜੁੜੂ ਇੱਕ ਪੁਆਇੰਟ ਦਾ ਹੋਰ ਕੀਤਾ ਵਾਧਾ ਮੇਰੇ ਸਟੇਜ ਜ਼ੀਰਤ ਬਣੇ ਹੋਏ ਬੀਆ ਆਜ਼ਾਦ ਫਰੂਕ ਸਾਹਿਬ ਨਾਲ ਦੇ ਨਾਲ ਜਨਾਬ ਸਰਦਾਰ ਤੈਯਬ ਡੋਗਰ ਸਾਹਿਬ ਹੈਲਡਨ ਜ਼ਿੰਦਾਬਾਦ ਸਿੰਨਾ ਦਾ ਵੀ ਸ਼ੁਕਰੀਆ ਅਦਾ ਕਰਾਂਗੇ ਆਲੇ ਨਬੀਲਾ ਦੇ ਲਈ ਪੀਰ ਸੈਯਦ ਨਾਦਮ ਅਲੀ ਸ਼ਖਸੀ ਸਾਹਿਬ ਵੱਲੋਂ ਦਿਲ ਦੀਆਂ ਡੂੰਘੀਆਂ ਥਾਪਤ ਵੈਲਕਮ ਕਰਾਂਗੇ ਇਧਰੋਂ ਇੱਕ ਬੰਨੇ ਸ਼ਾਨਾ ਜੱਟ ਦੇਖਦੇ ਆ ਅਮਾਨਤ ਅਲੀ ਲਾਲੀਆਂ ਵਾਲੇ ਭਾਈ ਜਾਨ ਉਹ ਵੀ ਸਟੇਜ ਤੇ ਤਸ਼ਰੀਫ ਲੈ ਕੇ ਆਓ ਭਾਈ ਅਮਾਨਤ ਅਲੀ ਲਾਲੀਆਂ ਵਾਲੇ ਉਧਲੀਆਂ ਟੀਮਾਂ ਵੀ ਗਰਾਊਂਡੇ ਪਹੁੰਚੋ ਉਧਲੀਆਂ ਦੋਨੇ ਟੀਮਾਂ ਮੇਜ਼ਬਾਨ ਟੀਮ 203 ਗਰਾਊਂਡੇ ਪਹੁੰਚੋ ਜਲਦ ਤੋਂ ਜਲਦ ਚੌਰੀ ਸ਼ਬਾਸ ਸਾਹਿਬ ਬੁਰਜ ਮੰਡੀ ਡਿਸਟ੍ਰਿਕਟ ਡੇਰਾ ਇਸਮਾਇਲ ਖਾਨ ਉਹਨਾਂ ਨੂੰ ਵੀ ਕਬੱਡੀ ਗਰਾਊਂਡ ਅਮਦ ਵੈਲਕਮ ਔਰ ਡੇਰਾ ਇਸਮਾਇਲ ਖਾਨ ਤੋਂ ਜਿੰਨੇ ਸਾਡੇ ਮਹਿਮਾਨ ਆਏ ਨੇ ਸਭ ਦਾ ਇੰਤਹਾਈ ਸ਼ੁਕਰੀਆ ਮਿਹਰਬਾਨੀ ਜੀ ਜ਼ਿੰਦਾਬਾਦ ਔਰ ਨਵਾਜ਼ ਕਮੋਕਾ ਸਾਹਿਬ ਪ੍ਰਿੰਸੀਪਲ ਗਵਰਨਮੈਂਟ ਹਾਈ ਸਕੂਲ 143 ਗਾਹਵੇ ਪੀਰ ਨਾਜ਼ਮ ਅਲੀ ਸ਼ਾਹ ਸਾਹਿਬ ਹੋਣਾ ਵੱਲੋਂ ਸਾਰੇ ਮਹਿਮਾਨਾਂ ਦਾ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਹਾਜੀ ਗੁਲ ਅਮੀਰ ਖਾਨ ਸਾਹਿਬ ਡਬਲਿਊ ਕੇ ਬੱਟਾ ਖਸ਼ਤ ਵਾਲੇ ਬਹੁਤ ਸ਼ੁਕਰੀਆ ਨਾ ਵੈਲਡਰ ਜ਼ਿੰਦਾਬਾਦ ਔਰ ਅਰਫਾਨ ਕਮੋਕਾ ਸਾਹਿਬ ਜੀ ਪੁਆਇੰਟ ਫਿਰ ਹੋ ਗਿਆ ਰੇਡਰ ਦੇ ਖਾਤੇ ਅਗਲੀ ਕਬੱਡੀ ਕੌਣ ਪਾਏਗਾ ਉਮਰ ਕੰਬੋ ਚੱਕ ਨੰਬਰ 208 ਦੇ ਵੱਲੋਂ ਪਾਉਂਦਾ ਹੈ ਕਬੱਡੀ ਮੰਡਾ ਖੇਡ ਮੈਦਾਨ ਦੇ ਵਿੱਚ ਅੱਗੇ ਚਾਰ ਜਾਫੀ ਨੇ ਆਏ ਹਾਏ ਹਾਏ ਡਬਲ ਟੱਚ ਦਾ ਇਸ਼ਾਰਾ ਇਹ ਸਹੁਰਾ ਇਹ ਪੇਕਾ ਨਹੀਂ ਕੱਲੇ ਕੱਲੇ ਆਓ ਸਾਰੇ ਟੱਬਰ ਦਾ ਠੇਕਾ ਨਹੀਂ ਨੰਬਰ ਹੋ ਗਿਆ ਰੇਡਰ ਦੇ ਖਾਤੇ ਹਾਂਜੀ ਇਧਰਲੇ ਬਣੇ ਕਬੱਡੀ ਪਾਉਣ ਵਾਸਤੇ ਅਗਲੀ ਕਬੱਡੀ ਅਗਲਾ ਵਾਰਾ ਉਧਰਲੇ ਬਣੇ ਕੰਨੀ ਵਾਲੇ ਮੁੰਡੇ ਨਾਲ ਹੋ ਗਈ ਟੱਕਰ ਆਓ ਦੇਖਣਾ ਪੈਗਾ ਮੈਚ ਦੇਖਾਂਗੇ ਇਧਰਲੇ ਬਣੇ ਸਤਾਦ ਖਾਲੇ ਬੱਦਲ ਦੀ ਵਿਸਰ ਦੱਸੇਗੀ ਇੰਟਰਨੈਸ਼ਨਲ ਕਬੱਡੀ ਅੰਪਾਇਰ ਪੁਆਇੰਟ ਕਿਹਦੇ ਰੇਡਰ ਦਾ ਇਧਰ ਫਿਰ ਕਬੱਡੀ ਪਾਉਣ ਵਾਸਤੇ ਉਧਰ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਸਟੇਜ ਉੱਪਰ ਸਦਾਤ ਤਸ਼ਰੀਫ ਰਮਾਨੇ ਪੀਰ ਸੈਯਦ ਜ਼ਾਮਨ ਅਲੀ ਸ਼ਮਸੀ ਸਾਹਿਬ ਪੀਰ ਸੈਯਦ ਨਾਜ਼ਮ ਅਲੀ ਸ਼ਮਸੀ ਸਾਹਿਬ ਇੰਤਹਾਈ ਸ਼ੁਕਰੀਆ ਔਰ ਪੀਰ ਸੈਯਦ ਇਰਤਜ਼ਾ ਹਸਨ ਸ਼ਾਹ ਸਾਹਿਬ ਪੂਰੀਆਂ ਚੱਸਾਂ ਲੈਂਦੇ ਪਏ ਨੇ ਪੱਪਾਂ ਦੇ ਭਾਰ ਹੋ ਕੇ ਔਰ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਪੀਰ ਸੈਯਦ ਹਸਨਾਤ ਰਜ਼ਾ ਸ਼ਮਸੀ ਸਾਹਿਬ ਪੀਰ ਸੈਯਦ ਫਿਦਾ ਹੁਸੈਨ ਸ਼ਮਸੀ ਸਾਹਿਬ ਮੇਰੀ ਸਟੇਜ ਤੇ ਤਸ਼ਰੀਫ ਰਮਾਨੇ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਪੀਰ ਸੈਯਦ ਸ਼ਹਿਰਯਾਰ ਜ਼ਾਤੀ ਸਾਹਿਬ ਪੜੀਆਂ ਦਾ ਵੀ ਇੰਤਹਾਈ ਸ਼ੁਕਰੀਆ ਔਰ ਇਹਨਾਂ ਪਚੌਰੀਆ ਮਾਨਤ ਅਲੀ ਸਾਹਿਬ ਲਾਲੀਆਂ ਵਾਲੇ ਵੈਲਕਮ ਜਨਾਬ ਜ਼ਿੰਦਾਬਾਦ ਉਹਨਾਂ ਦੇ ਹਮਰਾਹ ਸਾਡੇ ਜਿੰਨੇ ਵੀ ਮਹਿਮਾਨ ਆਏ ਨੇ ਸਭ ਦਾ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਚੌਰੀਆ ਮਾਨਤ ਅਲੀ ਸਾਹਿਬ ਹਾਫ ਲਾਲੀਆਂ ਜੀ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਉਧਰਲੇ ਪਾਸੇ ਤਗੜਾ ਜੱਫਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਹਿਰ ਜੱਟ ਤੇ ਰਾਸ਼ਦ ਗੁੱਜਰ ਜ਼ਿੰਦਾਬਾਦ ਜਨਾਬ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਪੁਆਇੰਟ ਹੋ ਗਿਆ ਰੇਡਰ ਦਾ ਸੈਯਦ ਨਸੀਰਉਦੀਨ ਸ਼ਾਹ ਸਾਹਿਬ ਸੈਯਦ ਇਮਰਾਨ ਸ਼ਾਹ ਸਾਹਿਬ ਸ਼ਮਸੀ ਸੈਯਦ ਹਸਨ ਰਜ਼ਾ ਸ਼ਮਸੀ ਸਾਹਿਬ ਪੀਰ ਸੈਯਦ ਜ਼ਾਮਨ ਅਲੀ ਸ਼ਾਹ ਸਾਹਿਬ ਪੀਰ ਸੈਯਦ ਨਾਜ਼ਮ ਅਲੀ ਸ਼ਾਹ ਸਾਹਿਬ ਸਾਡੇ ਸਾਰੇ ਸਟੇਜ ਤੇ ਬੈਠੇ ਸੈਯਦ ਬਰਾਦਰਾਂ ਦਾ ਬਹੁਤ ਸ਼ੁਕਰੀਆ ਉਮਰ ਕੰਬੋ ਨੇ ਬਹੁਤ ਖੂਬਸੂਰਤੀ ਨਾਲ ਇੱਕ ਨੰਬਰ ਦਾ ਕੀਤਾ ਵਾਧਾ ਆਪਣੀ ਟੀਮ ਦੇ ਹਿੱਸੇ ਔਰ ਜਨਾਬ ਸਾਡੇ ਪੀਰ ਫਿਦਾ ਹੁਸੈਨ ਸ਼ਾਹ ਸਾਹਿਬ ਉਹ ਵੀ ਕਬੱਡੀ ਨੂੰ ਇੰਜੋਏ ਕਰ ਰਹੇ ਨੇ ਜ਼ਿੰਦਾਬਾਦ ਵੈਲਡਨ ਪੀਰ ਸੈਯਦ ਅਰਤਜ਼ਾ ਹਸਨ ਸ਼ਾਹ ਸ਼ਮਸੀ ਸਾਹਿਬ ਵੱਲ ਪੀਰ ਸੈਯਦ ਕਾਜ਼ਮ ਅਲੀ ਸ਼ਾਹ ਸਾਹਿਬ ਸ਼ਮਸੀ ਉਹ ਵੀ ਭਰਪੂਰ ਇੰਜੋਏ ਕਰ ਰਹੇ ਨੇ ਕਬੱਡੀ ਨੂੰ ਸ਼ਾਨਾ ਜੱਟ ਆਪਣਾ ਵਸੀਮ ਭੱਟੀ ਉਹ ਲੈ ਗਿਆ ਨੰਬਰ ਆਪਣੀ ਟੀਮ ਦੇ ਖਾਤੇ ਚੱਕ ਨੰਬਰ 478 ਉਧਰ ਸ਼ਾਨਾ ਕਬੱਡੀ ਪਾਏਗਾ 72 ਗੱਡੀਆਂ ਪਿੰਡ ਹੈ ਤਹਿਸੀਲ ਜੜਾ ਵਾਲਾ ਜ਼ਿਲ੍ਹਾ ਫੈਸਲਾਬਾਦ ਮਹਿਰ ਮੁਜ਼ੰਮਲ ਬੂਟੇ ਦਾ ਸ਼ਗਿਰਦ ਹੈ ਉਧਰ ਪਾਸੇ ਆਓ ਸਦਕੇ ਸ਼ਹਿਜ਼ਾਦਿਆ ਹਾਂਜੀ ਪੁਆਇੰਟ ਕਿਹਦੇ ਕਬੱਡਰ ਦੇ ਖਾਤਰ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਉਧਰ ਮੇਰੀ ਸਟੇਜ ਉੱਪਰ ਸਰਦਾਰ ਤੈਯਬ ਡੋਗਰ ਸਾਹਿਬ ਇਹਨਾਂ ਦਾ ਵੀ ਇੰਤਹਾਈ ਸ਼ੁਕਰੀਆ ਔਰ ਡੇਰਾ ਇਸਮੀਲ ਖਾਨ ਤੋਂ ਜਿੰਨੇ ਵੀ ਪੀਰਾਂ ਦੇ ਮਰੀਦਾਂ ਨੇ ਸਭ ਦਾ ਬਹੁਤ ਸ਼ੁਕਰੀਆ ਔਰ ਇੰਤਹਾਈ ਸ਼ੁਕਰੀਆ ਅਦਾ ਕਰਾਂਗਾ ਸਰਦਾਰ ਮਕਸੂਦ ਡੋਗਰ ਸਾਹਿਬ ਔਰ ਮੋਹਤਮ ਨਵਾਜ਼ ਸਾਹਿਬ ਪ੍ਰਿੰਸੀਪਲ 143 ਹਾਈ ਸਕੂਲ ਸੈਯਦ ਹਸਨ ਰਜ਼ਾ ਸ਼ਮਸੀ ਸਾਹਿਬ ਸੈਯਦ ਇਮਰਾਨ ਸਾਹਿਬ ਇਹਨਾਂ ਦਾ ਵੀ ਇੰਤਹਾਈ ਸ਼ੁਕਰੀਆ ਔਰ ਮੋਹਤਮ ਨਸੀਰਉਦੀਨ ਸਾਹਿਬ ਇਹਨਾਂ ਨੂੰ ਵੀ ਜੀ ਆਇਆਂ ਨੂੰ ਖੁਸ਼ ਆਮਦੀ ਸਤਿ ਬਿਸਮਿਲ੍ਲਾ ਇੱਧਰਲੇ ਬੰਨੇ ਆਪਾਂ ਫਿਰ ਕਬੱਡੀ ਨਾਲ ਜੁੜਦੇ ਹਾਂ ਭੱਟ ਸਾਹਿਬ ਇੱਕ ਮਿੰਟ ਇਹ ਉਤਰੀਆਂ ਟੀਮਾਂ ਯਾਰ ਜਲਦੀ ਔਰ ਰਾਣਾ ਮੁਜਾਹਦ ਕਬੱਡੀ ਕਲੱਬ 203 ਔਰ ਆਬਦ ਅਲੀ ਜੱਟ ਕਬੱਡੀ ਕਲੱਬ 143 ਦੋਵੇਂ ਟੀਮਾਂ ਵਿੱਚ ਗਰਾਊਂਡ ਤੇ ਆ ਜਾਓ ਔਰ ਸਾਡੇ ਅੱਜ ਦੇ ਚੀਫ ਗੈਸਟ
پیر سید آن محمد شاہ صاحب ایس پی صاحب اونا والو ایک ہزار بھیا نام میری حوصلہ زائی انتہائی شکریہ میرے بانی نازندہ بات شاہ جی دوسری صبح نو چاندی واہ ورگے اوندی جاندی ساہ ورگے تنو پو لیے دے پو لیے کے دا ساڑھے پنڈنو جاندی راہ ورگے ساڑھے پنڈنو جاندی راہ ورگے آج جناب پیر سید حبیب شاہ صاحب سیال گوڑ والے انہوں نے بھی بہت شکریہ مہربانی کا زندہ باد اور پیر زامن علی شاہ صاحب پیر نازم علی شاہ صاحب ساڈے اسٹیج تے بیٹھے سارے سید برادران دا بہت شکریہ سید اون محمد شاہ صاحب ایس پی صاحب پیر نازم علی شاہ صاحب انہوں نے وڈے بھائی انہوں نے ایک ہزار روپیہ نام کمنٹیٹر دی حوصلہ افزائی زندہ باد مہربانی جی فدا حسین شاہ صاحب ارتضا شاہ جی اے جے منڈا عمر کمبو جی نو اسے پنڈ وچ کہندے انشاءاللہ اگلے مہینے موٹر سائیکل دا مہمان کیتا جائے گا اور شہزادہ ریڈر بالکل محنت کیتی نظر آ رہی ہے تو باجی مہربانی کرو ٹیم آ جاؤ اے دوواں ٹیماں دا باجی سکور دس دیو سکور دس دیو باجی کیمرامین نو پیر سید رضوان شاہ صاحب لاہور والے انہاں وی گراؤنڈ آمد ویلکم زندہ باد جناب پیر شہریار زادی صاحب ساڈے اپنے تمام دوستاں نو ویلکم کر رہے نے زندہ باد مہربانی آو جناب پیر سید نصیر الدین شاہ صاحب سید عمران شاہ صاحب اور چرے ندیم نمبردار خرچے کر کے علاقے دا ٹاپ دا کبڈی ٹورنامنٹ کراندے نے ہر سال پیر جعفر علی شاہ صاحب انہاں دے سالانہ عرس مبارک اندر جناب پیر نازم علی شمسی صاحب اور انہاں دے بھرا اور پیر سید زامن علی شاہ صاحب اور جناب ساڈے محترم پیر فدا حسین شاہ صاحب پیر حسنات رضا صاحب پیر سید ارتضا حسن شمسی صاحب اور شہریار زیادی صاحب سارے سید برادران کبڈی نو انجوائے کر رہے ہیں ٹیم والے اور گراؤنڈ آؤ یار بڑی مہربانی اے ساڈا بھائی گھوڑے جڑا ہویا جناب جی گھوڑے دے سٹیج تے بیٹھے جناب ساڈے سید برادران والوں پیر نازم علی شاہ صاحب پیر زامن علی شاہ صاحب اور انہاں دے پتراں والوں لانے جڑا پلیئر اچھی کھیل وکھائے گا انشاءاللہ ہر پلیئر نو ایتھوں انعام ملے گا ٹیم آ گئی ہے 143 میزبان ٹیم کمیٹی صدقے عاشق گجر پاکستان آرمی سنی ببر شیر پاکستان آرمی محمد عویس گجر پنڈ دیال پور موٹر سائیکل